सत श्री अकाल जी सारियां नूं पिंड पंजाब दे चैनल ते तुहाडा स्वागत है। अज दिन हैगा जी मंगलवार दा ते टाइम हो गए 7:15 बज गए ने ते कल सोमवार सारे नेरी सी मतलब दा पंजाब तकरीबन सारे किते होगी सारी रात मीह हनेरी 1 बजे तक दा मैनूं पता है वी हवा तेज चली गई है मीह पई गया। पहला काफी ज्यादा हनेरी आई ते हनेरी तो बाद फिर रात नूं मीह भी आई गया तेज हवा भी चली गई 1 बजे तो बाद अख लग गई ते लाइट आ जिहड़ी सनेही चली गई सी 8 बजे तड़के लगे हुए हैं। हम टाइम है जो 7:30 होने वाले हुए पे तड़के लगे हुए देखो की कुछ होगा सारा टब्बर का जोर लगे पे सारा कट्ठा कर करके एक ढेरी आ बन गई एक वो पई है एक रिपन ने उधर कट्ठी करती है उधरला बेड़ा पे गुरलीन ते मनवीर अंदर लगी हुई ने मास्टर जी गेड़े दिते फिरते ने कदे एक महस जी बन देंगे ने कदे फरके सोचने लग गए कहते संभरना कम गुड़िया का होंगे ਨਰਨੇ ਕ ਲੱਕੜਾ ਕੋਠੇ 'ਚ ਰੱਖੀਆਂ ਨੇ ਹਾਂ ਉਹ ਦੋ ਤੇ ਲੱਕੜਾ ਪਈਆਂ ਸੀ ਕੋਠੇ 'ਚ ਤੇ ਮੇਰੀ ਭੈਣਾਂ ਨੂੰ ਵੀਡੀਓ ਪਸੰਦ ਬਹੁਤ ਆ ਮੇਰੇ ਸਫਾਈ ਵਾਲੀਆਂ ਕਹਿੰਦੇ ਸਾਨੂੰ ਸਫਾਈ ਵਾਲੇ ਜ਼ਿਆਦਾ ਬਲੌਗ ਦਿਆ ਕਰੋ ਸਾਨੂੰ ਮੋਟੀਵੇਸ਼ਨਲ ਮਿਲਦਾ ਕਿਉਂਕਿ ਇਹ ਸਫਾਈਆਂ ਸਭ ਦੇ ਹੱਥ ਘੜੇ ਕਰਾ ਦਿੰਦੀਆਂ ਨੇ ਆ ਨਹੀਂ ਵਾਲੀ ਸਫਾਈ ਤਾਂ ਬਾਹਲਾ ਉੱਠਿਆ ਦਾ ਇੱਕ ਪੂਰਾ 1 ਘੰਟਾ ਹੋ ਗਿਆ ਸਾਨੂੰ ਲੱਗੇ ਪਿਆ ਨੂੰ ਕੁੜੀਆਂ ਅੰਦਰ ਲੱਗ ਰਹੀਆਂ ਨੇ ਸੀ ਬਾਹਰੇ ਲੱਗੇ ਪਿਆ ਨਾ ਕੋਈ ਮੂੰਹ ਸਿਰ ਜਿਹਾ ਬਣਦਾ ਨਹੀਂ देखो दरख्तों ने पत्ते ने अंदरों तूड़ी कट्ठी हो जाती है दरख्तों ने पत्ते अंदरों तूड़ी कट्ठी हो जाती है एक सनेहा काम नबेड़ के अब आप वेले होना क्योंकि आप रिश्तेदार आवेंगे रात नेरी आ गई करके रिश्तेदार आवेंगे फोन आया कि उन्होंने मैं भाई 11 बजे तो पहले ना आयो 10 बजे तो पहले भाई नहीं आया तेरी पन्न ने कहा भी संभर दे अंदर भी ले गया हां गेट डिग पे दी गल हो पे ने बैग तुरदा बोल भी नहीं हुंदा ਨੇਰੀ ਟੂਰ ਕਰਾ ਕੇ ਆਉਣਾ ਨੇਰੀ ਟੂਰ ਇਤਨਾ ਗੰਦ ਬਸ ਵਹਾਂ ਸੇ और यहाँ से ठेरी ये सारा मैंने साफ किया है और ये सारा मैंने साफ किया है और ये वहाँ पर लग रही है गलीन शाबाश करो ਜਿਹੜੇ ਵੀ ਵੀਡੀਓ ਨੂੰ ਡਿਸਲਾਈਕ ਕਰਨਾ ਹੁੰਦਾ ਜਿਨ੍ਹਾਂ ਨੇ ਉਹ ਬਿਲਕੁਲ ਵੀ ਨਹੀਂ ਭੁੱਲਦੇ ਆਉਣ ਸਾਰਾ ਡਿਸਲਾਈਕ ਕਰਦੇ ਨੇ ਪਰ ਲਾਈਕ ਕਰਨ ਵਾਲੇ ਹਮੇਸ਼ਾ ਭੁੱਲ ਜਾਂਦੇ ਨੇ ਅਸੀਂ ਵੀਡੀਓ ਲਾਈਕ ਕਰਨੀ ਹੈ ਇਸ ਕਰਕੇ ਨਾਲ ਹੁੰਦੇ ਲਾਈਕ ਕਰਦੇ ਸ਼ੇਅਰ ਮੈਂ ਸ਼ੇਅਰ ਹਾਂ ਸ਼ੇਅਰ ਵੀ ਕਰਦੇ ਆ ਤੁਹਾਨੂੰ ਜੇ ਵਧੀਆ ਲੱਗੇ ਤਾਂ ਸ਼ੇਅਰ ਵੀ ਕਰ ਹੋਰ ਕੁਝ ਮੈਂ ਦੇਖਾਂ ਹੋਰ ਕੁਝ
ਹੋਰ ਕੁਝ ਪੀਂਦਾ ਉਹ ਇਧਰ ਮੈਂ ਕਿਹੜਾ ਇਕੱਠਾ ਕਰਤਾ ਪਪੀੜੇ ਤੇ ਚੱਕਦੀ ਹੁਣ ਤਾਂ ਹੁਣ ਰਿਪਨ ਦਾ ਸੰਭਰਿਆ ਹੋਇਆ ਦਿਖਾਉਣ ਨਹੀਂ ਰਿਪਨ ਨੇ ਢੇਰੀ ਲਾਈ ਦਿਖਾਤੀ ਮੈਂ ਦਿਖਾ ਦੇ ਉਹ ਨਹੀਂ ਪਤਾ ਉਹ ਵੀ ਛਾਂ ਲਾ ਬੂਟਾ ਹੈ ਇੱਕ ਪਿੰਡ ਦੇ ਪੱਟਾਂ ਦੇ ਵਧੀਆ ਨਹੀਂ ਹੈਗਾ ਹੋਰ ਆ ਮੈਂ ਜੱਬ ਕੀਤੀ ਤਾਂ ਹੋਈ ਨਹੀਂ ਆ ਵੀ ਮੈਂ ਜੱਬ ਕੀਤੀ ਇਹ ਹੋ ਗਿਆ ਇਹ ਨਾਮ ਕੀ ਸੀ ਭੁੱਲ ਗਿਆ ਮੈਂ ਮੋਰ ਪੰਕੀ ਸਾਈਪਰਸ ਗੋਲਡ ਸਾਈਪਰਸ ਗੋਲਡ ਇਹਦਾ ਰਿਪਨ ਜਿਹੜਾ ਆ ਵਾਲਾ ਕਮਾਰ ਹੈ ਅਰੋ ਮਰਾ ਇਹ ਜਾ ਕੇ ਪਾਣੀ ਨਹੀਂ ਪਾਉਂਦਾ ਇਹ ਪਾਣੀ ਪਾਪਾ ਕੀ ਮਚਾਤਾ ਦਾ ਜਦੋਂ ਸੁੱਕਾ ਖੜਾ ਸੀ ਉਹ ਜੰਮਿਆ ਇੰਨਾ ਸੋਹਣਾ ਖੜਾ ਸੀ ਚਲ ਪਾਣੀ ਦਾ ਪਾਇਆ ਆਹ ਮਾ ਕੀ ਦੀ ਆਇ ਪੁੱਤ ਦਾ ਨਾਮ ਕੀ ਆ ਜਿਵੇਂ ਦਾ ਸਾਈਪਰਸ ਗੋਲਡ ਸਾਈਪਰਸ ਗੋਲਡ ਨੇ ਚਾਰੇ ਆ ਵੱਡਾ ਗਾ ਉਹ ਛੋਟੇ ਨੇ ਆ ਦੇਖੋ ਬੱਟ ਤੋਂ ਵੇਲ ਜੀ ਨੂੰ ਮੈਂ ਮੁਸਕ ਮਾਰੀ ਜਾਂਦੀ ਆ ਰੋ ਕਦੂ ਜੀ ਇਹ ਬਾਤ ਨਾ ਜੀ ਇਹ ਤਾਂ ਸਭ ਕੋਈ ਵੱਡ ਸਕਦਾ ਤੂੰ ਹੀ ਜੀ ਕੱਲ ਚਲੋ ਮੈਂ ਪੱਟ ਦਾ ਮੈਂ ਲਿਆ ਮੈਂ ਕੁਰਪੀ ਮੈਂ ਤਾਂ ਪੱਟਾਂ ਨੂੰ ਮਿੰਟ ਲਾਉਣਾਗਾ ਲਾਉਣ ਵੇਲੇ ਤੂੰ ਕਹਿੰਦਾ ਮੈਂ ਛੱਡ ਲਾਂਗੀ ਆਏ ਪਰ ਵਧੀਆ ਵੇਲ ਨਹੀਂ ਹੈਗੀ ਆਪਣੇ ਹੁਣ ਜੀਰੀ ਜੁਰੀ ਲਾਇਆ ਉਹਨਾਂ ਆਇਆ ਕਰਨਗੇ ਉਹਨਾਂ ਨੂੰ ਕੱਬੀ ਜੁਰੀ ਦੇ ਦਿਆ ਕਰਾਂਗੇ ਛੋੜ ਕੇ ਸਬਜ਼ੀ ਬਣਾ ਕੇ ਦੇ ਦਿਆ ਕਰਾਂਗੇ ਕਈ ਵਾਰ ਉਹਨਾਂ ਕੋਲ ਸਬਜ਼ੀ ਨਹੀਂ ਹੁੰਦੀ ਇੱਕ ਜੂਨ ਹੋ ਗਿਆ ਜਣਾ ਅੱਜ ਮੈਂ ਹਾਲੀਡੇ ਮਕ ਸਟਾਰਟ ਕਰੂੰ ਮੈਂ ਕੱਲ ਨੂੰ ਰਿਪੇਅਰ ਆ ਗਈ ਸਾਫ ਕਰਨ ਦਾ ਕੋਈ ਫਾਇਦਾ ਹੀ ਨਹੀਂ ਆਇਆ ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ ਨੇਰੀ ਦਾ ਕੂੜਾ ਸਾਰਾ ਫਿਰ ਆਪਾਂ ਨੂੰ ਚੱਕਦੀ ਉਸ ਤੋਂ ਬਾਅਦ ਮਿਲਦੇ ਤੁਹਾਨੂੰ ਦੇਖੋ ਇੱਕ ਢੇਰੀ ਤਾਂ ਸੀ ਇੰਨਾ ਕੂੜਾ ਇਹ ਸੀ ਤੇ ਇੱਕ ਏ ਸੀ ਇੰਨਾ ਕੂੜਾ ਇਹ ਸੀ ਤੇ ਇੱਕ ਢੇਰੀ ਇਹ ਪਈ ਆ ਖੁੰਜੇ 'ਚ ਤੇ ਇੱਕ ਢੇਰੀ ਇਹ ਪਈ ਆ ਖੁੰਜੇ 'ਚ ਇੱਕ ਢੇਰੀ ਇਹ ਪਈ ਆ ਖੁੰਜੇ 'ਚ ਤੁਸੀਂ ਦੇਖੋ ਹੁਣ ਕਿੰਨਾ ਕੁਛ ਹੈ ਅਜੇ ਆਹ ਪਿਆ ਜਿਹੜਾ ਇਹ ਆਪਾਂ ਨਹੀਂ ਸੰਭਰਿਆ ਤੇ ਇਹ ਇੱਕ ਢੇਰੀ ਆ ਪਈ ਹੈ ਇੱਧਰੋਂ ਮੈਂ ਇਕੱਠਾ ਕਰਤਾ ਬਹੁਤ ਬੁਰਾ ਹਾਲ ਸੀ ਇੱਕ ਢੇਰੀ ਇਹ ਪਈ ਹੈ ਇੱਕ ਬੱਠਲ ਇਹ ਪਿਆ ਬਾਕੀ ਇਹ ਗੋਹਾ ਪਿਆ ਤੇ ਬਾਕੀ ਇੱਧਰ ਪਿਆ ਸਾਰਾ ਕੁਛ ਚਲੋ ਜੀ ਆਪਾਂ ਸਾਰਾ ਕੁਛ ਚੱਕ ਦਈਏ ਥੋੜ੍ਹਾ ਜਿਹਾ ਇੱਧਰੋਂ ਇਕੱਠਾ ਕਰਨ ਵਾਲਾ ਰਹਿੰਦਾ ਜੀ ਚਲੋ ਜੀ ਆਪਾਂ ਇਹ ਸਾਰਾ ਸੰਭਰ ਕੇ ਇਕੱਠਾ ਕਰਕੇ ਚੱਕ ਦਈਏ ਫਿਰ ਆਪਾਂ ਥੋੜ੍ਹੀ ਦੇਰ 'ਚ ਮਿਲਦੇ ਤੁਹਾਨੂੰ ਬਹੁਤ ਟਾਈਮ ਲੱਗੂਗਾ ਜੇ ਸਾਨੂੰ ਚੱਲ ਚੱਕਦਿਆਂ ਨੂੰ ਅੱਧਾ ਘੰਟਾ ਲੱਗ ਜੂਗਾ ਇਹ ਮੇਰੀ ਪਿਆਰੀ ਮੰਮਾ ਜੇ ਸਾਰਾ ਦਿਨ ਕੰਮ ਕਰਦੇ ਰਹਿੰਦੇ ਨੇ ਵਿਚਾਰੇ ਮੰਮਾ ਹੁਣ ਕੀ ਕਰਾਂ ਲਟਕਾ ਦੋ ਪਜਾਮੀ ਆ ਗਿਆ ਕਣੀਆਂ 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 ਹੈ ਕਣੀਆਂ ਆ ਗਈਆਂ ਹਾਂ ਮੈਂ ਚੱਲ ਜੀ ਨਹੀਂ ਆਂਦੀਆਂ ਵੀ ਆ ਗਿਆ ਜੀ ਆਪਾਂ ਫਟਾਫਟ ਚੱਕ ਦਈਏ ਕਿਤੇ ਵਿਚਾਲੇ ਨਾ ਰਹਿ ਜੇ ਹਾਏ ਮੈਂ ਵੀ ਭੱਜ ਗਿਆ ਮਾ ਜੀ ਸਤਿ ਸ਼੍ਰੀ ਅਕਾਲ ਅਸੀਂ ਕੱਲ੍ਹ ਸਲਾਹ ਬਣਾਈ ਜੀ ਹੱਥ ਨੇ ਤੁਹਾਡੇ ਕੋਲ ਆਉਣ ਦੀ ਰੋਟੀ ਪਕਾਉਂਗੇ ਆਟਾ ਹੁਣ ਅਸੀਂ ਪਹਿਲੀ ਆ ਜਾਂਦੇ ਮੇਰੇ ਨਾਲ ਜਾਣਾ ਹੁਣ ਇਹ ਸੋਚੇ ਲੱਗ ਗਏ।
ना रहे ਖਰਾਬ ਹੋ ਗਈ ਇਹ ਕਿੰਨੇ ਦਾ ਮਿਲ ਗਿਆ ਸਾਨੂੰ ਵੀ 25 ਦਾ ਮਿਲਿਆ ਉਹ ਮੰਗਿਆ 23000 ਕਹਿੰਦਾ ਸੀ ਮੈਨੂੰ ਲੱਗਦਾ ਹੈ ਨਾ ਭਾਈ ਸਾਡੇ ਕੋਲ
फ्रिज जी बर्लपूल का एल जी का सारी चीज है जी गिलास की होंगी है गिलास है टफन लगे हुए पर जी आ चीज है फ्रिज के नाल दी है जो आप कोई भी हैवी चीज धरते ना ये टूटने का खतरा छे पंज तक ही रखा करो नंबर भी लिखा था कुछ भी बस ऑप्शन लिखे हुए नीचे उपर पाले बहू कि करो ਆਹ ਅਮਾ ਸੇ ਵੀ ਕੋਈ ਟੇਮ ਨਹੀਂ ਰੱਖਦੀ ਨਾ ਵੀ ਖੁੱਲ ਜੇ ਇਹਦੇ ਵਿੱਚ ਦੇਖੋ ਇਹਦੇ ਕਲਰ ਵੀ ਦੋ ਹੈ ਹਾਂ ਪਤਾ ਲੱਗ ਗਿਆ ਕੀ ਆ ਹੋਰ